ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਦੀ ਵਾਰ ਸਿੱਖਾਂਗੇ ਆਪ ਲੋਕ ਜਿਸ ਤਰ੍ਹਾਂ ਵਾਹਿਗੁਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ। ਦੇਖੋ ਨਾਲ ਨਾਲ ਨੋਟੇਸ਼ਨ ਦੇਖੋ, ਹਰ ਧਾਤ ਚੱਕਣੇ ਧਾ ਪਾ ਧਾ ਸਾ ਨੀ ਧਾ ਪਾ ਗਾ ਰੇ ਸਾ ਰੇ ਰੇ ਸਾ ਹਰ ਅੰਮ੍ਰਿਤ ਪਿੰਨੇ ਲੋਇਣਾ ਸਾ ਮਾਮ ਗਾ ਗਾ ਪਾ ਪਾ ਸਾ ਮਾਮ ਗਾ ਗਾ ਪਾ ਪਾ। ਅਗੇ ਮਨ ਪ੍ਰੇਮ ਰਤਨ ਰਾਮ ਰਾਜ ਮਨ ਪ੍ਰੇਮ ਰਤਨ ਰਾਮ ਰਾਜ ਫਿਰ ਸੇਮ ਮਨ ਰਾਮ ਕਸਵਟੀ ਲਾਇਆ ਕੰਚਨ ਸੋਵਿੰਨਾ ਗੁਰ ਮੁਖ ਰੰਗ ਚਲੋ ਲਿਆ ਮੇਰਾ ਮਨ ਤਨੋ ਪਿੰਨਾ ਜਨ ਨਾਨਕ ਮੁਸਕ ਚਕੋ ਲਿਆ। ਉਰੇ ਚੇਂਜ ਹੈ ਫਿਰ ਉੱਪਰ ਸਭ ਜਨਮ ਤਨ ਤਨਾ ਸਾਨੀ ਸਾ ਰੇ ਸਾਨੀ ਧਪਾ ਸਭ ਜਨਮ ਤਨ ਤਨਾ ਸਾਨੀ ਸਾਨੀ ਨੀ ਸਾ ਰੇ ਸਾਨੀ ਧਪਾ ਜਨ ਨਾਨਕ ਫਿਰ ਉਵੇਂ ਜਨ ਨਾਨਕ ਫਿਰ ਮੁਸਕ ਚਕੋ ਲਿਆ। ਐਵੇਂ ਕਰਕੇ ਸਮਾਪਤੀ ਕਰ ਦੇਣੀ ਹੈ। ਫਿਰ ਆਪ ਜੀ ਇਹਨਾਂ ਸਵਰਾਂ ਤੇ ਰਹਿ ਕੇ ਕਰ ਸਕਦੇ ਹੋ ਜਿਸ ਤਰ੍ਹਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬ ਹਮ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸਾ ਮਾ ਦੱਬ ਕੇ ਵਾਰ ਸਲੋਕਾਂ ਦਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲੇ ਹਰੀ ਗੁਰੇ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੇ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਕੋ ਰੰਧਾ। ਜਿਵੇਂ ਆਪ ਜੀ ਦੇਖ ਰਹੇ ਸਾਰੇ ਸੁਰ ਸੁਰਾਂ ਤੇ ਹੀ ਹੈ। ਫਿਰ ਦੇਖੋ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁੱਚੇ ਛੁੱਟੇ ਤਿਲ ਬੁਆੜ ਜਿਓ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੁਨਾ ਫਲੀਏ ਫੁਲੀਏ ਬੱਪੜੇ ਪੀ ਤਨ ਵਿੱਚ ਸੁਆ ਪੋੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਉ ਦੋਏ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਇਹ ਸਭ ਸਜੇ ਲੈ ਸੈ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਡਿਠੋ ਚਾਓ ਡਿਠੋ ਚਾਓ।